ਅੱਜ ਚੀਫ ਮਿਨਿਸਟਰ ਕੈਂਡੀਡੇਟ ਅਨਾਉਂਸ ਕਰਨ ਦੀ ਘੜੀ ਹੈ। ਥੱਕੋ ਥੱਕੋ ਟਕਾ ਕੇ ਥੱਕੋ ਅਗਲੀ ਤੇ ਮੇਰੀ ਗੱਲ ਨੂੰ ਸੁਣ ਲਓ। ਜਿਹੜੇ ਬੰਦਿਆਂ ਦੇ ਅੰਦਰ ਦੁਵੰਧ ਰਹਿੰਦਾ, ਜਿਹੜੇ ਬੰਦੇ ਅਧੂਰੇ ਹੁੰਦੇ ਆ, ਮਾਰੇ ਜਾਂਦੇ ਆ। ਮੈਂ ਪਿਛਲੀ ਵਾਰ ਰਾਹੁਲ ਜੀ ਨੂੰ ਆਪ ਕਿਹਾ ਸੀ, ਮੈਂ ਕਿਹਾ ਜੀ ਮੇਰਾ ਬਜ਼ੁਰਗ ਅਤੇ ਮੈਂ ਜਦੋਂ ਮੈਂ 12-13 ਸਾਲ ਦਾ ਸੀ ਦਿੱਲੀਓਂ ਆਉਂਦੇ ਸੀ ਅਤੇ ਸਾਹਮਣੇ ਖਰਗੋਸ਼ ਮਰਿਆ ਪਿਆ ਅਤੇ ਮੈਂ ਪੁੱਛਿਆ, ਮੈਂ ਕਿਹਾ ਜੀ ਕਿਵੇਂ ਮਰ ਗਿਆ? ਕਹਿੰਦੇ ਰੋਕ ਗੱਡੀ ਰੋਕ। ਕਹਿੰਦਾ ਫਿਰ ਪੁੱਛ। ਮੈਂ ਕਿਹਾ ਜੀ ਇਹ ਕਿਵੇਂ ਮਰ ਗਿਆ? ਕਹਿੰਦਾ ਇਹ ਤੈਅ ਨਹੀਂ ਕਰ ਸਕਿਆ ਸੱਜੇ ਜਾਣਾ ਕਿ ਖੱਬੇ ਜਾਣਾ। ਠੋਕੋ ਠੋਕੋ ਕਢਾਉਣਾ ਠੋਕੋ ਪਰ ਯਾਦ ਰੱਖਿਓ, ਯਾਦ ਰੱਖਿਓ, ਉਹ ਸੀਗਾ ਖਰਗੋਸ਼, ਉਹ ਸੀ ਖਰਗੋਸ਼। ਤੇ ਇੱਥੇ ਬੈਠਾ ਬੱਬਰ ਸ਼ੇਰ, ਬੱਬਰ ਸ਼ੇਰ। ਸ਼ੇਰ ਜੋ ਕੁਛ ਕਰਦਾ ਪੂਰੀ ਤਾਕਤ ਲਾ ਕੇ ਕਰਦਾ, ਕਦੇ ਅਧੂਰਾ ਨਹੀਂ। ਜੇ ਸੌਂਦਾ ਵੀ ਹੈ ਤਾਂ 13 ਘੰਟੇ ਸੁੱਤਾ ਹੀ ਰਹਿੰਦਾ। ਇਸ ਕਰਕੇ ਅੱਜ ਕੁਛ ਅਧੂਰਾ ਨਹੀਂ ਰਹੇਗਾ ਪੰਜਾਬ ਦੇ ਸਾਹਮਣੇ। ਇਹ ਉਹ ਬੰਦਾ ਜਿਹਨੇ ਸਾਨੂੰ, ਮੈਂ 13 ਸਾਲ ਬੀਜੇਪੀ 'ਚ ਰਿਹਾ, ਕਿਸੇ ਨੇ ਪੁੱਛਿਆ ਨਹੀਂ। ਕੰਪੇਨ ਕਰਾਉਂਦੇ, ਇੱਧਰ ਭਜਾਉਂਦੇ, ਉੱਧਰ ਭਜਾਉਂਦੇ। ਰਾਹੁਲ ਜੀ ਸਾਰੀ ਉਮਰ ਜੇ ਮੈਂ ਤੇਰਾ ਧੰਨਵਾਦ ਕਰਾਂ, ਤੂੰ 4th ਸਾਲ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਤਾ, ਮੇਰੇ ਪਿਓ ਦੀ ਕਾਂਗਰਸ ਦਾ ਪ੍ਰਧਾਨ ਬਣਾਤਾ। ਤੇ ਤੂੰ ਕੁਛ ਨਹੀਂ ਚਾਹੀਦਾ, ਤੇਰਾ ਪਿਆਰ ਚਾਹੀਦਾ, ਤੇ ਤੋਂ ਜਿਹੜੀ ਇੱਜ਼ਤ ਮਿਲੀ ਹੈ ਉਹੀ ਚਾਹੀਦੀ ਹੈ, ਔਰ ਕਾਂਗਰਸ ਦਾ ਕਲਿਆਣ ਚਾਹੀਦਾ, ਪੰਜਾਬ ਦਾ ਕਲਿਆਣ। ਵਾਕਈ ਵਾਕਈ ਕਾਂਗਰਸ ਦੇ ਥਰੂ ਜਾਂਦਾ ਹੈ। ਜਿੰਨੇ ਬੰਦੇ ਇੱਥੇ ਬੈਠੇ ਹੈ, ਹੀਰੇ ਹੈ। ਐਤਕੀ ਅਸੀਂ ਆਪਣੀ ਛੈਣੀ ਪੱਥਰਾਂ ਦੇ ਉੱਤੇ ਨਹੀਂ, ਪੱਥਰਾਂ ਤੇ ਬੇਕਾਰ ਨਹੀਂ ਕਰਨੀ, ਕੰਕੜ ਪੱਥਰ। ਐਤਕੀ ਹੀਰੇ ਤਰਾਸ਼ਣੇ, ਹੀਰੇ। ਐਤਕੀ ਭੇਡ ਬੱਕਰੀਆਂ ਮਗਰ ਨਹੀਂ ਜਾਣਾ, ਸ਼ੇਰ ਲਿਆਉਣੇ ਆ। ਔਰ ਸੱਚ ਪੁੱਛੋ, ਐਤਕੀ ਡੱਬਿਆਂ ਦੇ ਉੱਤੇ, ਹੁਣ ਟਾਈਮ ਉਹ ਆ ਗਿਆ, ਡੁੱਬਿਆਂ ਦੇ ਉੱਤੇ ਫੋਕਸ ਨਾ ਕਰਿਓ, ਇੱਕ ਇੰਜਣ ਲਾ ਦਿਓ ਜਿਹੜਾ ਸਾਰੇ ਡੱਬੇ ਖਿੱਚ ਕੇ ਆਓ ਮਾਰੇ। ਟਕਾ ਕੇ ਠੋਕੋ। ਨਵਜੋਤ ਸਿੰਘ ਸਿੱਧੂ ਦੇ 17 ਸਾਲ ਰਾਜਨੀਤੀ ਦੇ ਵਿੱਚ ਇਸ ਗੱਲ ਦਾ ਪ੍ਰਮਾਣ ਨੇ ਕਿ ਨਵਜੋਤ ਸਿੰਘ ਸਿੱਧੂ ਪਦਾਂ ਲਈ ਨਹੀਂ ਜੀਆ, ਰੋਜ਼ ਨਵਜੋਤ ਸਿੰਘ ਸਿੱਧੂ ਕਿਸੇ ਰਾਜ ਸਭਾ ਲਈ ਨਹੀਂ ਜੀਆ, ਨਵਜੋਤ ਸਿੰਘ ਸਿੱਧੂ ਕਿਸੇ ਪਦ ਲਈ ਨਹੀਂ ਜੀਆ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਵਾਸਤੇ ਜੀਆ, ਬਿਹਤਰੀ ਦੇ ਲਈ। ਇਸ ਕਰਕੇ ਮੈਂ ਕਿ ਜੇ ਤਾਂ ਸੱਤਾ ਹਾਸਲ ਕਰਨੀ ਹੁੰਦੀ ਤਾਂ ਗੱਲ ਹੋਰ ਸੀ, ਅੱਜ ਮੁੱਦਾ ਇੱਕੋ ਹੀ ਹੈ। ਨੰਬਰ 1, ਪੰਜਾਬ ਨੂੰ ਇਸ ਕਰਜ਼ੇ ਚੋਂ ਕੱਢੋ। ਨੰਬਰ 2, ਕਿਸ ਤਰ੍ਹਾਂ ਕੱਢੂ, ਕਿਹੜਾ ਰੋਡ ਮੈਪ, ਔਰ ਉਹ ਰੋਡ ਮੈਪ ਉਹੀ ਹੋਊ, ਇਨ ਬਿਨ ਲਾਗੂ ਹੋਊ, ਜੋ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਸ਼ੇਰ ਰਾਹੁਲ ਗਾਂਧੀ ਜੀ ਨੇ ਪਿਛਲੀ ਵਾਰ ਦਿੱਤਾ ਸੀ। ਠੋਕ ਕੇ ਮਾਰੋ ਤਾੜੀ। ਦਿੱਤਾ ਸੀ ਕਿ ਨਹੀਂ ਦਿੱਤਾ ਸੀ? ਪੰਚਾਇਤਾਂ ਨੂੰ ਪੂਰੀ ਤਾਕਤ, ਮਿਊਂਸਪੈਲਿਟੀਆਂ ਨੂੰ ਪੂਰੀ ਤਾਕਤ। ਤੁਸੀਂ ਜਾਂਦੇ ਹੋ ਤਹਿਸੀਲ 'ਚ, ਮਾਂ ਕਹਿੰਦੀ ਹੈ ਤਹਿਸੀਲਦਾਰ ਨਾ ਬਣਾਈ ਪੁੱਤਰ ਨੂੰ, ਪਟਵਾਰੀ ਬਣਾ ਦੇ ਪਟਵਾਰੀ। ਕਿਉਂ, ਗੱਲ ਸਹੀ ਹੈ ਕਿ ਨਹੀਂ? ਐ ਮੁੰਡੀ ਮੁੰਡੀ ਹਿਲਾਈ ਜਾਂਦਾ, ਤਾੜੀ ਵੀ ਤਾਂ ਟਕਾਓ। ਫਿਰ ਜਾਂਦੇ ਆ ਭਾਈ ਤਹਿਸੀਲ ਦੇ ਵਿੱਚੋਂ ਮਿਊਂਸਪੈਲਿਟੀ 'ਚ, ਆਖੇ ਜੀ ਬਰਥ ਸਰਟੀਫਿਕੇਟ ਬਣਾਉਣਾ। ਅਗਲਾ ਕਹਿੰਦਾ 5 ਕੱਢ 5। ਵੱਡਾ ਬਾਦਲ ਦੇਖੋ, ਉਹ ਤੇ ਬਾਪ ਹੀ ਆ ਸਭ ਦਾ, 10% ਸੇਵਾ ਤੇ 90% ਮੇਵਾ। ਮਚਲਾ ਬੁੜਾ ਰਾਜਨੀਤਿਕ ਸੇਵਾ, 10% ਸੇਵਾ, 90% ਮੇਵਾ, ਤੇ ਨਾਲ ਸੁੱਖਾ ਗੱਪੀ 10 ਸਾਲ ਦੇਖਿਆ। ਤੇ ਆਵਾਜ਼ ਐਤਕੀ ਅੰਮ੍ਰਿਤਸਰ 'ਚ ਅੱਡ ਉੱਠੀ ਹੈ ਤੇ ਪੰਜਾਬ 'ਚ ਅੱਡ ਉੱਠੀ ਹੈ। ਪੰਜਾਬ 'ਚ ਉਹੀ ਆਵਾਜ਼ ਹੈ ਕਿ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਤੇ ਅੰਮ੍ਰਿਤਸਰ 'ਚ ਅੱਡ ਉੱਠੀ ਹੈ ਕਿ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਤਸਕਰ ਸਾਲਾ ਰਹਿਣ ਨਹੀਂ ਦੇਣਾ। ਓਏ ਸਾਲਾ ਸੁਖਬੀਰ ਦਿਆ, ਠੋਕੋ ਠੋਕੋ ਟਕਾ ਕੇ ਠੋਕੋ। ਗੱਲ ਮੈਂ ਤੁਸੀਂ ਗੱਲ ਕਰ ਰਿਹਾ, ਇਹ ਸਾਰਾ ਮਾਫੀਆ ਇਕੱਠਾ ਹੋ ਗਿਆ। ਤੁਸੀਂ ਇਸ ਕਰਪਸ਼ਨ ਦੀ 4ਵੀਂ ਕੜੀ ਫੜੋ, ਥਾਣਿਆਂ 'ਚ ਜਾਓ, ਥਾਣਿਆਂ 'ਚ ਨਗਦ ਨਰਾਇਣ, ਉਹਦਾ ਨਰਾਇਣ ਤੇ ਅੱਡ ਗੱਲ ਹੈ, ਨਗਦ ਨਰਾਇਣ। ਤੁਸੀਂ ਹੋਰ ਪਾਸੇ ਜਾਓ, ਹਰ ਥਾਂ ਤੇ ਪੈਸੇ। ਜੋ ਰਾਹੁਲ ਜੀ ਨੇ ਤੁਹਾਨੂੰ ਕਿਹਾ ਕਿ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ,
घर का नक्शा लसेंस इंडस्ट्री नू सिंगल विंडो सिस्टम कोई तंगी नहीं होएगी। सरकार लोगों के वास्ते सरकार लोगों के द्वार जाएगी 170 सर्विसेज तुहानू फ्री देंगे टका के घरे बैठे ठोक के। यह राहुल जी की विजन है, असी उस विजन नाल चलांगे। ऐतकी कैप्टन अमरिंदर सिंह वांग नहीं, कैप्टन अमरिंदर सिंह की सी की सी हो? असी 78 कांग्रेस के एम एल ए चुने पर मुख्यमंत्री बीजेपी का रबड़ का गुड्डा सी, चाबी दे के छड्या टिक 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 करता, चाबी दे भरी भरी टंगी नहीं भरी, मारिया ला के बबर शेर ने ठोक के मारिया। हुण कहिंदा डबल इंजन, राहुल जी कहता डबल इंजन गाड़ी चलाएंगे हम। अरे इंजन तो एक ही रह गया, तेरा इंजन तक अद्धा सीज हो गया, काला धुआं मारदा फक 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 फक, देखिया नहीं वो भूंड जांदे हुंदे दिल्ली है, चलिया कारतूस है। इहदा की वजूद है मित्र प्यारिओ, इहदा की वजूद है? इन्होंने लुटिया, इन्होंने परचे पवाए, इन्हां रेता खादा। अज राहुल जी की विजन के नाल 1000 रुपया ट्राली देंगे गरीब नू रेते की, 1000 रुपया ठोक के कहना मैं याद है। पंजाब के नक्शे को माफिया मिलेगा या नवजोत सिंह सिद्धू मिटेगा, दोहां चो एक रहेगा, दूजा नहीं होगा। क्यों बिके दारू 200 दी 2000 च? क्यों लोगों के घरों के डिस्टिलरियां लगन? चोर चोर मौसेरे भाई, क्यों एक सिस्टम 40,000 करोड़ रुपया पंजाब का अपनी जेब च पावे? क्यों ना वो 40,000 करोड़ रुपया पंजाब के खजाने के आवे, डबल होके सेंटर दी स्कीमां च 80,000 करोड़ रुपया लग के इन्हां दे कोल जावे, इन्हां दे कोल पंजाब दे लोकां कोल। दैट इज द स्पिरिट ऑफ द कॉन्स्टिट्यूशन, द पावर ऑफ द पीपल मस्ट रिटर्न टू द पीपल, और नो डिस्क्रिमिनेशन ऑन द बेसिस ऑफ कास्ट कलर एंड क्रीड। की कहा मैं अपने रहबर बारे, है समय नदी की बाढ़ के अक्सर सब भुक जाया करते हैं, है समय नदी की बाढ़ के अक्सर सब झुक जाया करते हैं, है समय बड़ा तूफान प्रबल पर बत भी झुक जाया करते हैं। अक्सर दुनिया के लोग समय में चक्कर खाया करते हैं, पर कुछ राहुल गांधी जैसे होते हैं जो एक दलित गरीब को पंजाब का मुख्यमंत्री बनाया करते हैं। राहुल जी, नवजोत सिंह सिद्धू आशिक है पंजाब का, आशिक इश्क। इश्क की हुंदा मित्रा? इश्क हुंदा कल्ली महबूबा वाला इश्क ना देखियो, है लोगों नू महबूबा ही इश्क लगती है। इश्क भगत सिंह का भी सी, इश्क भगत सिंह का भी सी। अतीत खुद जवाब है, उस पर सवाल नहीं होते, मिट्टी में डूबे बिना गुलाब नहीं होते। शिक्षा में यदि देश के प्रति प्रेम हो तो बात बनती है, पंजाब के प्रति प्रेम हो तो बात बनती है, यूं ही मुट्ठियां बांध लेने से इनकलाब नहीं होते। इनकलाब की कड़ी है, एक बदलाव की कड़ी है, और वो बदलाव जड़ा लोगों दी जिंदगियां नूं बेहतर कर सके। जे नवजोत सिंह सिद्धू अज सब कुछ छड़ के, बीवी बच्चे छड़ के, 50-50 करोड़ की आमदन छड़ के अज इत्थे खड़ा है, तो पंजाब दे लोकां दी जिंदगी बदलन दे वास्ते खड़ा, होर मेरे कोई लालसा। राहुल जी, जदों नीहां कोई पुत जमदा ना घर च, तो नीहां रोंदियां ने, वो कहिंदियां ने जे तां चंगा निकलिया तो ढा के दुबारा बनाऊ, तो जे माड़ा निकलिया शराबी निकलिया तो वैसे ही गल जांगियां। अज पंजाब दे विच नवीं नीहां पाउण दी गल है, तो उस नवीं नीह दा पहला पत्थर नवजोत सिंह सिद्धू नूं बना के रखियो। सिद्धू नीह बन के राजी है, नीह बन ना लालसा सी, ना कोई चाह है, ना जिंदगी दे विच किसे तों मंगिया। अमृतसर भी गया, अमृतसर वाले वो कहिंदे जी एदां वोटां मंगो, मैं कहा मैं वोटां नहीं मंगणियां। मैं गुरु दे दर दे उत्ते भी जे सीस लाया ते गुरु नूं कहा और रब्बा मैनू मंगना नहीं आता, तू मैनू अपना बना लै, सुख दुख का सांझी बना लै। तो कौन कहता वो परमात्मा तुहाडे च नहीं वसदा? जिवें तिलां च तेल, सागर च लहरां, फुल्लां च खुशबू, उस तरह ही वो परमात्मा हरि नारायण अल्लाह वाहिगुरु बन के तुहाडे अंदर छुपया, तुहाडे विच छुपया।
इस करके मैं तुहानू कहना, मैं तुहानू कहना कि अपना बना के रखो, वोटा मंगन नहीं आए, अपना बना के रखो, सुख दुख का सांझी बना के रखो। और मैं तुहानू वचन दिना कि जे मैं पीसीसी प्रधान रहा और जे मैं आपकी मां का जनिया तो किसी एम एल ए के पुत नू हुण चेयरमैन ही नहीं मिलेगी, वर्कर नू मिलेगी 4000 चेयरमैन। तीन भुआ के मारू इस्तीफा, जे किसे अगे कतार च खड़े टाइया वाले नू दिता, बहुत हो गया, बहुत हो गया। ए उना लोकां दी, उना लोकां दी मैं एक्स होऊंगा राहुल जी। एक दिन कहणगे एक्स मिनिस्टर, एक्स फलाना, माफ करना एक दिन तुसी भी एक्स हो जाना है। वह कहणगे जी एक्स प्रेजिडेंट फलाना, लेकिन ये वर्कर कदे एक्स नहीं होएगा, ये सदा लई समुंदर वांगू। इस करके इस वर्कर से इन्वेस्ट करना पड़ेगा, इन्हां सुत्यां नूं घरों उठाना पड़ेगा। और कोई लोभ नहीं, कोई लालसा नहीं, गिदड़ां दा फिरदा ग्रुप टुरिया, कहिंदे सिद्धू शेर मारना। ए सारे कठे होए हैं। चन्नी साहब हस लै, पर ताड़ी ठोक ठोक ना, ना रोक ठोक। ए नवजोत सिंह सिद्धू है मित्रा, नवजोत सिंह सिद्धू है, उस स्वतंत्रता सेनानी का पुत्र है जिन्हें आपके राजे प्यो नूं छड़ के दो कुर्ते पजामियां दे विच तेजा सिंह स्वतंत्र नाल जिंदगी कढ़ी, जिन्हें लाल किला अखबार सवेरे 3 बजे कढ़दा सीगा, जिन्हें साबण नहीं देखा 2-2 महीने, ते जदों फड़िया गया सजाए मौत सुनाई, जूड़ा बन बन के 3-3 महीने रखे, गूं दे पोतड़े मूँह ते लाए, ते अखीरले दिन जिद्दन मरना सी किंग्स एमनेस्टी होई, ते मेरे प्यो नूं परचियां पा के छड़िया। राहुल जी तब भी 1942 में उसने कांग्रेस ज्वाइन की थी, तब भी पंडित जी ने उसको टिकट दी थी, और 1956 में जब बादल कांग्रेस से हारा, मेरा फादर भादसों से एमएलए बना था, ते मेरा दोस्त उदा दोस्त नंद कुमार उन्हूं कहता सी कि भगवान सिंह 4 पैसे कमा, कारखाने ला, एक कड़ी देशभक्ति च पै गया, एक कित्थे जा खड़े हैं। ते मेरे प्यो ने उन्हूं सुनेहा ला के कहा सी, गल तो तेरी ठीक है मित्रा, मैं पैसे बहुत कमा लेंदा, पर रुखां नाली छावां होंदियां समा सब नूं ढा दिंदा, कि नहीं तनी हो तुर गए कौन किसे दा ना लैंदा, किंज बणदी मेरे गुरु दी बाणी, जे बाबा नानक हत्ती ला लैंदा, जे बाबा नानक हत्ती ला लैंदा। ए बाबे नानक दा फलसफा है, ए बाबे नानक दा फलसफा है सरबत दा भला, ए बाबे नानक दा फलसफा है कि भाई लालो की रोटी चो दुध निकलता है क्योंकि हक हलाल दी है, ते मलिक भागो की रोटी चो खून निकलता है क्योंकि हराम दी है। ए इलेक्शन भी हराम ते ईमान दा इलेक्शन है, हराम ते ईमान दा, नेकी और बदी दा। सागर च गागर पाना होवे ते यही गल है। बाकी रही सिद्धू की गल, सिद्धू तो एक विजन की गल करता है। सिद्धू तो कहता औरतों 1100 रुपये का सिलंडर दे दौ, गृहणियों इज्जत दे दौ, सम्मान दे दौ, 8 सिलेंडर फ्री दे दिओ। ठा सिद्धू कहता 170 सर्विसेज सरपंचां नूं दे दिओ, पंचायती राज राजीव गांधी जी का सुपना कायम कर दिओ, आत्मनिर्भर बना दिओ, खुद मुख्तियारी दे दिओ पंचां सरपंचां नूं, कारपोरेशनां नूं। इन्हां ने एक मुख्यमंत्री दे गोडियां नाल बनती सरकार, 4-5 माफिया राज दे बंदियां दे नाल बनती सरकार। सरकार वो हुंदी है जिहड़ी टैक्स लवे भंवरे वांग, फुल भी खुश ते भंवरा भी खुश। ये जोंका बन गए अज पंजाब दे विच माफिया दे करके गरीब आदमी आम आदमी 55,000 करोड़ रुपये टैक्स दे रहा, तुसी ते 0.1% माफिया पंजाब नू 225 करोड़ रुपये टैक्स दे रहा। यही राहुल गांधी जी ने कहा सी, अमीर अमीर हुंदा चला जा रहा, गरीब गरीब हुंदा चलिया जा रहा। यह फासला जे सिद्धू ना मिटा सकिया राजनीति का कोई फायदा नहीं। बाकी रही गल, मैनू तो तुसी बोल दे, तुहाडे सामने तो मेरे बैटरी इन्नी चार्ज हो जाती है,
ਵੀ ਮੈਂ ਹੋਰ 2 ਘੰਟੇ ਬੋਲੀਆਂ ਪਰ ਸੁਣਨਾ ਆਪਾਂ ਇਹਨਾਂ ਨੂੰ ਹੈ ਉਹ ਸਸਪੈਂਸ ਮੂਵੀ ਦਾ ਜਦੋਂ ਐਂਡ ਆਉਂਦਾ ਨਾ ਤੇ ਉਹ ਸਸਪੈਂਸ ਮੂਵੀ ਦੇ ਵਿੱਚ ਲਾਸਟ 'ਚ ਖੁੱਲ ਉਹ ਤੇਰੀ ਦੀ ਆਹ ਪਟਾਕਾ ਪੈ ਗਿਆ ਓਏ ਪੈ ਗਿਆ ਓਏ ਪੈ ਗਿਆ ਪਟਾਕਾ ਪੈਣ ਵਾਲਾ ਹੈ ਬਾਕੀ ਮੇਰੇ ਇਸ਼ਕ ਦੀ ਗੱਲ ਇਸ਼ਕ ਬਦਲੇ 'ਚ ਮੰਗਦਾ ਨਹੀਂ ਕੁਛ ਇਸ਼ਕ ਕਦੇ ਕੁਛ ਨਹੀਂ ਮੰਗਦਾ ਮਾਂ ਬਾਪ ਉਹਨਾਂ ਦਾ ਦਰਜਾ ਕਿਉਂ ਉੱਚਾ ਹੈ ਕਿਉਂ ਉੱਚਾ ਮਾਂ ਬਾਪ ਦਾ ਦਰਜਾ ਕਿਉਂਕਿ ਮਾਂ ਬਾਪ ਦੋ ਸ਼ਖਸ ਐਸੇ ਧਰਤੀ ਦੇ ਉੱਤੇ ਜਿਹੜੀ ਆਪਦੀ ਔਲਾਦ ਨੂੰ ਆਪਣੇ ਤੋਂ ਉੱਚਾ ਦੇਖ ਕੇ ਖੁਸ਼ ਨੇ ਮੇਰੇ ਬਾਪ ਨੇ ਮੈਨੂੰ ਕਿਹਾ ਸੀਗਾ ਪੁੱਤਰ ਮੇਰੇ ਨਾਲੋਂ ਵੱਧ ਤੇਰਾ ਨਾਮ ਹੋਊ ਤੇ ਮੈਂ ਚੰਗਾ ਬਾਪ ਹਾਂ ਉਹ ਚੰਗਾ ਬਾਪ ਸੀ ਸ਼ਾਇਦ ਅਸੀਂ ਮਾੜੇ ਹਾਂ ਕਿਉਂਕਿ ਸਾਡਾ ਪੁੱਤ ਐਡਵੋਕੇਟ ਜਨਰਲੀ ਛੱਡ ਕੇ ਚਲਾ ਗਿਆ ਕਿ ਮੇਰੇ ਬਾਪ ਦੇ ਉੱਤੇ ਉਂਗਲ ਚੱਕਦੀ ਹੈ ਪਰ ਉਹ ਚੰਗਾ ਹੈ ਉਹ ਵੀ ਚੰਗਾ ਹੈ ਇਸ ਕਰਕੇ ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਤਾਂ ਪੰਜਾਬ ਦਾ ਭਲਾ ਚਾਹੀਦਾ ਹੈ ਔਰ ਉਸ ਪੰਜਾਬ ਦੇ ਭਲੇ ਦੇ ਵਿੱਚ ਮੈਂ ਆਪਣਾ ਕਲਿਆਣ ਮੰਨਦਾ ਇਹੀ ਮੈਂ ਦੇਵੀ ਕੋਲੋਂ ਮੰਗ ਕੇ ਆਇਆ ਕਿ ਪੰਜਾਬ ਦੇ ਭਲਾਈ ਦੇ ਵਿੱਚ ਮੇਰਾ ਕਲਿਆਣ ਨਿਹਿਤ ਕਰ ਇਸ ਕਰਕੇ ਸਰ ਮੇਰੇ ਇਸ਼ਕ ਨੇ ਨਾ ਵੋਟਾਂ ਮੰਗੀਆਂ ਪੰਜਾਬ ਤੋਂ ਨਾ ਅਹੁਦੇ ਮੰਗੇ ਮੇਰੇ ਇਸ਼ਕ ਨੇ ਪੰਜਾਬ ਦੀ ਭਲਾਈ ਮੰਗੀ ਇਸ ਕਰਕੇ ਦਰਸ਼ਨੀ ਘੋੜਾ ਨਾ ਬਣਾ ਕੇ ਸਿੱਧੂ ਨੂੰ ਖੜਾ ਕਰਿਓ ਤੇ ਮੈਂ ਤੁਹਾਡੀ ਸੇਵਾ ਹਰ ਤਰ੍ਹਾਂ ਦੀ ਕਰ ਲੂੰਗਾ ਪਰ ਐਤਕੀ ਸਿੱਧੂ ਦਰਸ਼ਨੀ ਘੋੜਾ ਨਹੀਂ ਬਣੇਗਾ ਰੇਸ ਜਿਤਾਉਣ ਵਾਲਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤਬਲ ਨਾਲ ਤਕੜਾ ਹੁੰਦਾ ਇਸ ਕਰਕੇ ਅਖੀਰ ਦੇ ਵਿੱਚ ਮੈਂ ਰਾਹੁਲ ਜੀ ਦੇ ਫੈਸਲੇ ਨੂੰ ਪਹਿਲਾਂ ਹੀ ਮੰਨ ਚੁੱਕਿਆ ਮੇਰੀ ਕੋਈ ਜੁਸਤਜੂ ਨਹੀਂ ਕੋਈ ਇਲਤਜਾ ਨਹੀਂ ਜਦੋਂ ਰਾਮ ਪ੍ਰਸਾਦ ਬਿਸਵਿਲ 6 ਮਹੀਨੇ ਕੈਦ ਦੇ ਵਿੱਚ ਰਿਹਾ ਉਹਨੇ ਕਿਹਾ ਇਹ ਮਾਲਕ ਤੇਰੀ ਰਜ਼ਾ ਰਹੇ ਔਰ ਤੂੰ ਹੀ ਤੂੰ ਰਹੇ ਨਾ ਮੈਂ ਰਹੂੰ ਨਾ ਮੇਰੀ ਕੋਈ ਆਰਜ਼ੂ ਰਹੇ ਜਬ ਤੱਕ ਜਿਸਮ ਮੈਂ ਜਾਨ ਔਰ ਰਗੋ ਮੈਂ ਲਹੂ ਰਹੇ ਤੇਰਾ ਹੀ ਜ਼ਿਕਰ ਯਾਰ ਤੇਰੀ ਹੀ ਜੁਸਤਜੂ ਰਹੇ ਮੇਰੇ ਯਾਰ ਮੇਰੇ ਰਹਿਬਰ ਤੇਰਾ ਹੀ ਜ਼ਿਕਰ ਯਾਰ ਤੇਰੀ ਹੀ ਜੁਸਤਜੂ ਰਹੇ ਅਖੀਰ ਦੇ ਵਿੱਚ ਰਾਹੁਲ ਜੀ ਨੇ ਫੈਸਲਾ ਸੁਣਾਉਣਾ ਔਰ ਸਿੱਧੂ ਅਖੀਰ ਦੇ ਵਿੱਚ ਐਤਕੀ ਸ਼ੇਰਾਂ ਦੀ ਝੜੀ ਲਾਤੀ ਹੈ ਮੈਂ ਤਾਂ ਇੰਨੇ ਸ਼ੇਰ ਮਾਰਤੇ ਜੰਗਲ 'ਚ ਸ਼ੇਰ ਦੀਆਂ ਵਿਧਵਾ ਹੋ ਗਈਆਂ ਹੈਂ ਅਖੀਰਲਾ ਸ਼ੇਰ ਮੇਰੇ ਇਸ਼ਕ ਨੂੰ ਸਮਾਪਤ ਕਰ ਦੂ ਮੇਰੇ ਪਿਆਰ ਨੂੰ ਪੰਜਾਬ ਦੇ ਲਈ ਸਮਾਪਤ ਕਰ ਦੂ ਮੈਂ ਜਿਉਣਾ ਪੰਜਾਬ ਹਾਂ ਮੈਂ ਮਰਨਾ ਵੀ ਪੰਜਾਬ ਹੈ ਮੈਂ ਹੋਰ ਕੁਛ ਨਹੀਂ ਜਾਣਦਾ ਮੈਂ ਇੰਨਾ ਹੀ ਜਾਣਦਾ ਕਿ ਨਵਜੋਤ ਸਿੰਘ ਸਿੱਧੂ ਕੁਛ ਵੀ ਹੋਵੇ ਨਵਜੋਤ ਸਿੰਘ ਸਿੱਧੂ ਦੀ ਜ਼ਬਾਨ ਦੇ ਉੱਤੇ ਹਰ ਇੱਕ ਪੰਜਾਬੀ ਨੂੰ ਭਰੋਸਾ ਹੈ ਕਿ ਮੈਨੂੰ ਨਿਰਣੇ ਲੈਣ ਦੀ ਤਾਕਤ ਦਿੱਤੀ ਇਹ ਮਾਫੀਆ ਖਤਮ ਜੇ ਮੈਨੂੰ ਨਿਰਣੇ ਲੈਣ ਦੀ ਤਾਕਤ ਦਿੱਤੀ ਪੰਜਾਬ ਦੇ ਲੋਕ ਹਰੇਕ ਦੀ ਜ਼ਿੰਦਗੀ ਬਿਹਤਰ ਹੋਏਗੀ ਲੇਕਿਨ ਅਗਰ ਮੈਨੂੰ ਨਿਰਣੇ ਲੈਣ ਦੀ ਤਾਕਤ ਨਾ ਦਿੱਤੀ ਤੇ ਜਿਹਨੂੰ ਚੀਫ ਮਿਨਿਸਟਰ ਬਣਾਓਗੇ ਮੈਂ ਉਹਦੇ ਨਾਲ ਹੱਸ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਹੱਸ ਵੈਸੇ ਵੀ ਮੈਨੂੰ ਤੇ ਹਾਸੇ ਦੇ ਵੀ ਪੈਸੇ ਮਿਲਦੇ ਆ ਹੈਂ ਕੱਲਾ ਹੀ ਬੰਦਾ ਮੈਂ ਇਸ ਲਈ ਰਾਹੁਲ ਜੀ ਮੈਂ ਅੰਤ ਕਰਤਾ ਹੂੰ ਆਪਣੀ ਸਪੀਚ ਕਾ ਔਰ ਕਹਿਤਾ ਹੂੰ ਦਿਲ ਕੀ ਗਹਿਰਾਈਓ ਸੇ ਕੇ ਪੀ ਸਾਹਿਬ ਬੈਠੇ ਹੈ ਜਾਂ ਜੋ ਵੀ ਬੈਠਾ ਹੈ ਮੇਰੀ ਪੱਗ ਦੇ ਲੜ ਵਰਗਾ ਹੈ ਸ਼ਾਇਦ ਕਾਂਗਰਸ ਮੈਂ ਕਭੀ ਕਭੀ ਮੇਰੇ ਖਿਲਾਫ ਆਵਾਜ਼ ਉੱਠਦੀ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਕੀ ਕਿਸੀ ਵਰਕਰ ਕੇ ਖਿਲਾਫ ਵੀ ਅੱਜ ਤੱਕ ਆਵਾਜ਼ ਨਹੀਂ ਉੱਠੀ ਲੜਾਈ ਆਪਣੋ ਸੇ ਨਹੀਂ ਹੈ ਲੜਾਈ ਪਰਾਓਂ ਸੇ ਇਸ਼ਕ ਜਿਨਕੋ ਹੈ ਵਤਨ ਸੇ ਇਸ਼ਕ ਜਿਨਕੋ ਹੈ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ ਸ਼ਮਾ ਮਹਿਫਿਲ ਮੇ ਜਲਤੀ ਰਹੇਗੀ ਸਿੱਧੂ ਜੈਸੇ ਪਰਵਾਨੇ ਔਰ ਵੀ ਆਤੇ ਰਹੇਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ